ਕਿ ਕੁਦਰਤੀ ਸਵਾਰੀ ਇਹ ਖੋਤੀ ਰੇੜੀ, ਇਹਦੀ ਤੁਹਾਨੂੰ ਮੈਂ ਦੱਸਾਂ ਖੂਬੀ ਕਿਹੜੀ ਕਿਹੜੀ। ਸਫਾਰਿਸ਼ ਕਰਨ ਦਾ ਉਪਰਾ ਸਵਾਦ ਬਰਦਾਸ਼ਤ ਕਰ ਦਿੱਤੀ ਜਾਂ ਕੀਤੀ ਯਾਦ। ਥੋੜੀ ਜਿਹੀ ਜੇ ਰਲਕੇ ਤਾਂ ਲੱਗਦੇ ਨਾ ਜੁੱਕੇ, ਸਿਆ ਬੰਦਿਆਂ ਦੇ ਐਨ ਇਸ ਤੇ ਚੂਕਣੇ ਤੜੁੱਕੇ, ਨਾ ਇਹਦੇ ਕਾਗਜ਼ ਨਾ ਥਾਲਡੀ ਲੈਟਰ, ਨਾ ਕੋਈ ਸਪੇਅਰ ਤੇ ਨਾ ਕੋਈ ਕਨੈਕਟਰ, ਨਾ ਇਹਦੀ ਰੇਸ ਤੇ ਨਾ ਕੋਈ ਬਰੇਕ, ਸਟੇ ਰੰਗ ਦੇ ਸੰਨੇ ਦੋ ਵਾਗਾਂ ਦੀ ਟੇਕ, ਨਾ ਸਾਇਦ ਵਾਲਾ ਸ਼ੀਸ਼ਾ ਤੇ ਨਾ ਕੋਈ ਕਲਾਚੋ, ਦੂਰੋਂ ਹੀ ਬਰਕਦੇ ਨਾ ਪੁਰਾਣਿਆਂ ਬਾਅਦ। ਉਹ ਪੁਰਾਣੇ ਬਾਚੋ ਨਾ ਇਹਦੇ ਸ਼ਾਖ ਤੇ ਨਾ ਕੋਈ ਕਮਾਣੀ, ਕੰਮ ਇਸ ਤੇ ਦਿੰਦੀ ਹੈ ਗੱਦੇ ਸਤਰਾਣੀ, ਕੰਡਾ ਤੋਂ ਕੰਡਾ ਮੇ ਚੱਲ ਜਾਂਦਾ ਟਾਇਰ, ਹਵਾ ਘੱਟ ਵੀ ਹੋਵੇ ਤੋਂਦੀ ਖੈਰ, ਨਾ ਇਹਦੀਆਂ ਸੀਟਾਂ ਨਾ ਬਾਡੀ ਦਾ ਬਾਹਰ, ਸੱਤ ਫੱਟੇ ਜੋੜੋ ਤੇ ਗੱਡੀ ਤਿਆਰ। ਤੇ ਆਉਂਦੇ ਨੂੰ ਹੁਲਾਰੇ ਜਿਵੇਂ ਝੂਲੇ ਪੀਂਗੇ, ਹਾਰਾਂ ਨੂੰ ਦਾ ਵਗਦਾ ਜਦਾਨ ਗੱਦੜੀ ਹੀਂਗ, ਹਾਰਾਂ ਨੂੰ ਦਾ ਵਗਦਾ ਜਦਾਨ ਗੱਦੜੀ ਹੀਂਗੇ। ਤੇਲ ਤੋਂ ਬਗੈਰ ਵੇਖੋ ਕੈਸੀ ਕਨਵੈਂਸ, ਜਟਕਿਆ ਮਰੀਜ਼ਾਂ ਦੀ ਹੈ ਐਂਬੂਲੈਂਸ, ਅੱਖੀ ਨਾਲ ਡਿੱਠਾ ਮੈਂ ਵਾਕਿਆ ਸੁਣਾਈ ਨਾ, ਸਾਰੀ ਆਲ ਹਕੀਕਤ ਤੂੰ ਵਾਕਿਫ ਕਰਾਈ ਨਾ। ਸਾਡੇ ਥੇ ਦੇ ਵਿੱਚ ਇੱਕ ਬੁੱਢਾ ਬਿਮਾਰ ਆਈ, ਹੋਰ ਉਹਨੂੰ ਕੁਝ ਨਾ ਵੱਡਾ ਬੁਖਾਰ, ਬੁੱਢੇ ਦੇ ਇੱਕ ਦੇ ਆਨੇ ਲੱਗ ਗਏ ਤਾੜੇ, ਉਹ ਨਾ ਆਖਿਆ ਮੋਇਆ ਤਾਂ ਹੋਸਣ ਉਜਾੜ, ਮਾਂ ਆਖਿਆ ਉਹਨੇ ਦੋਵੇਂ ਤਰ੍ਹਾਂ ਬੰਦੇ ਸਦਾਇਓ, ਇਹਨੂੰ ਕਿਸੇ ਹਿੱਲੇ ਹਸਪਤਾਲ ਫੜਾਇਓ। ਉਹਨਾਂ ਸੋਚਿਆ ਚਾਹ ਵੀ ਇਹ ਤਾਂ ਹੈ ਉੱਤੋਂ ਡਾਂਦਾ, ਪੁੱਤਰਾਂ ਆਖਿਆ ਨਹੀਂ ਸਰ ਤੂੰ ਮੰਜੀ ਤੇ ਜਾਂਦਾ, ਵਿੱਚੋਂ ਇੱਕ ਜਣੇ ਆਖਿਆ ਰੇੜੀ ਖੋਤੀ, ਵੀਹ ਬੰਦੇ ਵੀ ਨਹੀਂ ਛੱਡਦੀ ਜਿੰਦਾ ਵੀ ਖੋਤੀ, ਇਸੇ ਦੇ ਉੱਤੇ ਜੇ ਸੋਤ ਵੀ ਛੈਨੇ ਆ ਤੇ ਡਾਕਦਾਰ ਨੂੰ ਪਿਓ ਦਾ ਹੱਥ ਜਾ ਵੀ ਖੈਨੇ ਆ, ਸਲਾਹ ਇੱਕਾ ਕਰਕੇ ਤੇ ਰੇੜੀ ਜੂ ਜਾਂਦੇ, ਸੱਜਾ ਬਖੇ ਹੋਇਆ ਕੋਲ ਹੁੱਕਾ ਵੀ ਹਨ, ਮੁੜ ਕਿਹੜੀਆਂ ਪੁੱਛਦੇ ਹੋ ਪੈ ਰਵਾਨਾ, ਦਾਰੂਆਂ ਦੇ ਵਾਸਤੇ ਨਾਨੇ ਕੋਲ ਹਨ, ਦੱਸ ਦੱਸ ਕੇ ਹੁੱਕੇ ਦੇ ਸੂਟ ਉੱਤੇ ਲਾਵੇਨ, ਬੜੀ ਠਾਠ ਨਾਲ ਹਸਪਤਾਲ ਪੈ ਜਾਵੇ, ਬੋਲੀ ਕੁੱਤਾ ਭੌਕਿਆ ਤਾਂ ਖੋਤੀ ਤ੍ਰਿੱਠੀ, ਬੋਲੀ ਕੁੱਤਾ ਭੌਕਿਆ ਤਾਂ ਖੋਤੀ ਤ੍ਰਿੱਠੀ, ਵਾਗਾਂ ਛਿੱਕਦੇ ਰਹਿ ਗਏ ਤੇ ਨਾ ਹੋਈ ਮੱਠੀ, ਡਲੇਵਾ ਰੋਰੀ ਨਿਮਾਣੇ ਕਿਦਈ ਗਏ, ਤ੍ਰਿਪੜ ਕਿਦਈ ਗਏ, ਸਿਰਾਣੇ ਕਿਦਈ ਗਏ, ਖੋਤੀ ਤੇ ਇੰਜ ਮੁੜ ਦੁਲੱਤੇ ਵਗਾਏ, ਮਰੀਜ਼ ਹੋਰੀ ਹੇਠਾਂ ਬੰਬਦੇ ਲੱਗੇ।